ਸਤਿ ਸ਼੍ਰੀ ਅਕਾਲ ਪਿਆਰੇ ਦਸਤਕਵੀਰੋ ਤੁਸੀਂ ਦੇਖ ਰਹੇ ਹੋ ਟਰੈਕਟਰ ਸਰਜਨ ਵੱਲੀਆਂ ਤਿਆਰ ਕੀਤਾ 5911 ਇਹ ਟਰੈਕਟਰ ਸਰਦਾਰ ਪਰਮਜੀਤ ਸਿੰਘ ਜੀ ਨਿਰਵਾਨ ਜੋ ਕਿ ਕੈਨੇਡਾ ਵਿੱਚ ਰਹਿੰਦੇ ਬ੍ਰੈਮਟਨ ਸ਼ਹਿਰ ਵਿੱਚ ਰਹਿੰਦੇ ਨੇ ਤੇ ਉਹਨਾਂ ਨੇ ਤਿਆਰ ਕਰਵਾਇਆ ਹੈ ਬਹੁਤ ਸਮਾਂ ਲੱਗਿਆ ਇਹਨੂੰ ਤਿਆਰ ਕਰਨ ਨੂੰ ਲਗਭਗ 3 ਤੋਂ 4 ਮਹੀਨੇ ਲੱਗੇ ਨੇ ਤੇ ਹਜੇ ਹੋਰ ਵੀ ਸਮਾਂ ਲੱਗੇਗਾ ਜਦਵੇਂ ਜਿਵੇਂ ਇਹਦੇ ਉੱਤੇ ਐਕਸੈਸਰੀਜ਼ ਲਗਾਵਾਂਗੇ ਇਹਦੇ ਵਿੱਚ ਇਹਦਾ ਅਸੀਂ ਇੰਜਨ ਦਾ ਜਿਹੜਾ ਕੰਮ ਆ ਸਾਰਾ ਕੀਤਾ ਤੇ ਲਗਭਗ 75 ਹਾਰਸ ਪਾਵਰ ਇਹਨੂੰ ਕੀਤਾ ਡੀਆਈ ਕੀਤਾ ਜਿਹਨੂੰ ਕਹਿੰਦੇ ਆ 7522 ਤੇ ਇਹਦੇ ਵਿੱਚ ਸੋਨਾਲੀਕਾ ਦੇ ਹੈੱਡ ਸੋਨਾਲੀਕਾ ਦਾ ਹੀ ਪਿਸਟਨ ਉਹ ਚੀਜ਼ਾਂ ਜੈਨੂਨ ਕੰਪਨੀ ਦੇ ਯੂਜ਼ ਕੀਤੇ ਗਏ ਨੇ ਤੇ ਜਿਹੜਾ ਇਹਦੇ ਵਿੱਚ ਡੀਜ਼ਲ ਪੰਪ ਵਗੈਰਾ ਸਾਰਾ ਹੀ ਟੋਟਲੀ ਯਾਨੀ ਸੋਨਾ ਲਿਕਾ ਦਾ ਯੂਜ਼ ਕੀਤਾ ਗਿਆ। ਸਾਹਮਣੇ ਤੁਸੀਂ ਦੇਖ ਰਹੇ ਹੋ ਵੀ ਫਰੰਟ ਦੇ ਜਿਹੜੇ ਟਾਇਰ ਨੇ ਉਹ ਕਾਫੀ ਚੌੜੇ ਪਾਏ ਗਏ ਨੇ ਤੇ ਉਹਨਾਂ ਦੇ ਸਿੱਧੇ ਰੱਖਣ ਦੇ ਲਈ ਸਪੈਸ਼ਲ ਉਹਨੂੰ ਸੋਨਾ ਲਿਕਾ ਦਾ ਹਿੱਸਾ ਲਾਇਆ ਗਿਆ। ਬੈਕ ਸਾਈਡ ਅਲਾਈਨਸ ਦੇ ਟਾਇਰ ਨੇ 18 4 30 ਦੇ 18 4 30 ਦੇ ਆਮ ਲੋਕ ਪਾਉਣ ਲੱਗੇ ਨੇ 911 ਨੂੰ ਪਰ ਇਹਦੇ ਉੱਤੇ ਖਾਸ ਗੱਲ ਕੀਤੀ ਆ ਅਸੀਂ ਮੈਡ ਗਾਰਡ ਇਹ ਚੁਆਇਸ ਕੀਤੀ ਪੀ ਆਪਾਂ ਇਹ ਮੈਟ ਗਾਰਡ ਯੂਜ਼ ਕਰਨੇ ਨੇ ਸੋ ਇਹਦੇ ਪੈਰਦਾਨ ਨੇ ਸੁਖ ਐਗਰੋ ਜਿਹੜਾ ਮੁੰਡਾ ਆਪਣਾ ਭਾਈ ਰੁੱਪੇ ਵਾਲਾ ਬਣਾਉਂਦਾ ਉਹਦੇ ਤੋਂ ਬਣਵਾਏ ਸੀਗੇ ਪੇਂਟ ਆਪਾਂ ਇਹਦਾ ਆਪਾਂ ਕਾਕਾ ਜੀ ਪੇਂਟਰ ਨੇ ਮੋਗੇ ਤੋਂ ਉਹਨਾਂ ਤੋਂ ਕਰਵਾਇਆ ਹੋਰ ਕਾਫੀ ਸਾਰਾ ਜਿਹੜਾ ਜਾਨੀ ਐਸੈਸਰੀ ਦਾ ਕੰਮ ਆ ਜਿਹੜਾ ਰਹਿੰਦਾ ਆ ਉਹ ਲਗਭਗ ਆਪਾਂ ਥੋੜੇ ਦਿਨਾਂ ਦੇ ਵਿੱਚ ਕਰ ਲਾਂਗੇ ਤੇ ਇਦਾਂ ਹੀ ਤਿਆਰ ਕਰਕੇ ਤੁਹਾਨੂੰ ਸਾਰਾ ਦਿਖਾਵਾਂਗੇ ਧੰਨਵਾਦ